ਆਂਗਨਵਾੜੀ ਵਰਕਰਾਂ ਦਾ ਸਰਕਾਰ ਖਿਲਾਫ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸੋਮਵਾਰ ਨੂੰ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਜ਼ਾਹਿਰ ਕੀਤਾ। ਉਹਨਾਂ ਨੇ ਕਿਹਾ ਕਿ ਵੱਡੇ ਵੱਡੇ ਅੰਦੋਲਨਾਂ ਦੇ ਲਈ ਉਹ ਤਿਆਰ ਹਨ। ਜੇਕਰ ਕੱਲ੍ਹ ਉਹਨਾਂ ਦੀਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਨਾ ਬਣੀ ਤਾਂ 15 ਤਰੀਕ ਨੂੰ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨ ਰਹੀ। ਵਿਭਾਗ ਦੋਗਲੀ ਨੀਤੀ ਅਪਣਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵਰਕਰ ਆ ਕੇ ਉਹਨਾਂ ਦੇ ਨਾਲ ਗੱਲ ਕਰਨ, ਪਰ ਹੁੰਦਾ ਕੁਝ ਹੋਰ ਹੀ ਹੈ। ਆਪਣੀ ਜਿਹੜੀ 3 ਤੋਂ 6 ਸਾਲ ਦੇ ਫ੍ਰੀ ਨਰਸਰੀਆਂ ਉਸ ਨੂੰ ਵਾਪਸ ਕੀਤਾ ਜਾਵੇ, ਜਾਂ ਤਾਂ ਟੋਟਲੀ ਜਿਹੜੀਆਂ ਵਰਕਰਾਂ ਤੇ ਹੈਲਪਰਾਂ ਨੇ ਉਹ ਆਂਗਣਵਾੜੀ ਸਾਰੀਆਂ ਵਰਕਰਾਂ ਨੂੰ ਪ੍ਰਾਇਮਰੀ ਸਕੂਲਾਂ ਨਾਲ ਅਟੈਚ ਕੀਤਾ ਜਾਵੇ। ਦੂਸਰੇ ਪਾਸੇ ਅੱਜ ਇਹ ਮੈਨੂੰ ਸਵੇਰੇ ਫੋਨ ਆਇਆ ਵੀ ਉਹਨੇ ਮਾਸਟਰ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਵੀ ਉਹ ਕਹਿ ਰਹੇ ਨੇ ਵੀ ਜਿਹੜੇ ਸਾਡੀ ਆਂਗਣਵਾੜੀ ਵਰਕਰਾਂ ਸਕੂਲਾਂ ਦੇ ਵਿੱਚ ਲਾ ਰਹੀਆਂ ਨੇ ਸਕੂਲ, ਤੇ ਉਹ ਕਹਿੰਦੇ ਨੇ ਵੀ ਸਕੂਲਾਂ ਦੇ ਸਾਡੇ ਕਮਰੇ ਵਿਹਲੇ ਕਰੋ ਵੀ ਅਸੀਂ ਪ੍ਰੀ ਨਰਸਰੀ ਖੋਲ੍ਹਣੀ ਆ। ਇੱਕ ਪਾਸੇ ਤਾਂ ਕ੍ਰਿਸ਼ਨ ਜੀ ਕੁਮਾਰ ਜੀ ਕਹਿੰਦੇ ਨੇ ਅਸੀਂ ਬੜੇ ਪਿਆਰ ਦੇ ਨਾਲ ਵਰਕਰਾਂ ਤੇ ਹੈਲਪਰਾਂ ਨੂੰ ਆਪਣੇ ਸਕੂਲਾਂ ਵਿੱਚ ਲੈ ਕੇ ਜਾਵਾਂਗੇ। ਦੂਸਰੇ ਪਾਸੇ ਉਹਦੀ ਦੋਗਲੀ ਨੀਤੀ ਆ ਜਿਹੜੀ ਵੀ ਉਹਦੇ ਵਿੱਚ ਕਹਿ ਰਿਹਾ ਵੀ ਜਿਹੜੇ ਪ੍ਰਾਇਮਰੀ ਜਿਹੜੇ ਆਂਗਣਵਾੜੀ ਸੈਂਟਰ ਆ ਜਿਹੜੇ ਪਹਿਲਾਂ ਸਕੂਲ ਆ ਪਹਿਲਾਂ ਵੀ ਤੁਸੀਂ ਸਾਨੂੰ ਕਮਰਿਆਂ ਦੀ ਚਾਬੀ ਦਿਓ ਤੇ ਕਮਰੇ ਖੋਲ੍ਹੇ ਜਾਣ। ਇਹ ਜਿਹੜੀ ਨੀਤੀ ਆ ਇਹ ਦੋਗਲੀ ਨੀਤੀ ਆ, ਇਹ ਅਸੀਂ ਕਦੇ ਵੀ ਜਿਹੜੀ ਸਾਡੀ ਆਂਗਣਵਾੜੀ ਜਿਹੜੀਆਂ ਵਰਕਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਫਾਰਮ ਭਰੇ ਗਏ ਆ ਇਕੱਲੇ ਪਟਿਆਲੇ ਭਰੇ ਗਏ ਆ ਜਾਂ ਪੂਰੇ ਪੰਜਾਬ ਦੇ ਆਂਗਣਵਾੜੀ? ਸਾਰੇ ਪੰਜਾਬ ਦੇ ਵਿੱਚ ਫਾਰਮ ਭਰੇ ਗਏ ਨੇ ਜ਼ਿਲ੍ਹਾ ਹੈੱਡਕੁਆਰਟਰ। ਅਗਲਾ ਸਟੈਪ ਸਾਡਾ ਇਹ ਆ ਜਿਹੜੇ ਅਸੀਂ ਫਾਰਮ 15 ਤਰੀਕ ਨੂੰ ਅਸੀਂ ਜੇਲ੍ਹਾਂ 'ਚ ਜਾਵਾਂਗੇ।